बटाला बस अड्डे के ड्राइवरों और बटाला नगर कौंसिल के बीच विवाद पैदा हो गया है। विवाद के बाद रोजाना सफर करने वाले लोगों को खासी परेशानी उठानी पड़ी। नगर कौंसिल के कर्मचारियों को बस ड्राइवरों ने अड्डा फीस देने से मना कर दिया और नगर कौंसिल के कर्मचारियों ने भी बस अड्डे के रास्ते पर ट्रालियां खड़ी कर दी और बस अड्डे को जाम कर दिया। इसका खमियाजा बसों में सफर करने वाले यात्रियों को उठाना पड़ा। बस स्टैंड ते ना मात्र सहूलतां इस वेले कोई सफाई का प्रबंध नहीं, कोई खास नहीं आ। टूटियां तीन तीन महीने तो खराब चल दिया उत्थां पईआं वा, पानी का प्रबंध नहीं, कोई पीण दा। जे सहारा क्लब वाले स्पीड ना आउण ते इत्थे लोकी ध्याए मर जाण। बाकी इन्हां नूं असीं वार वार कह चुके हाँ, मंग पत्र भी दे चुके लिख के, पर इन्हां नूं कोई असर नहीं। ਅਸੀਂ 30 ਰੁਪਈਏ ਹਰ ਫੇਰੇ ਜਾਣ, ਇੱਕ ਫੇਰੇ ਜਾਣ, ਇੱਕ ਫੇਰੇ ਹੁਣ 60 ਰੁਪਈਏ ਜਾਂਦੇ ਆ ਸਾਡੇ ਇੱਕ ਬੱਸ ਦੇ। ਜਿੰਨੇ ਸਹੂਲਤਾਂ ਨਾ ਮਾਤਰ ਇਸ ਵੇਲੇ ਬਿਲਕੁਲ ਤੁਹਾਡੇ ਸਾਹਮਣੇ ਆ ਸਹੂਲਤਾਂ ਦਾ। ਆ ਸਾਡੇ ਆ ਇੱਧਰ ਦੇਖੋ ਤੁਸੀਂ, ਆਪ ਵੇਖ ਸਕਦੇ ਹੋ ਕਿ ਕੀ ਸਹੂਲਤਾਂ ਅਸੀਂ ਹਾਰ ਕੇ ਆ ਬੱਸਾਂ ਸਾਈਡ 'ਤੇ ਲਵਾਈਆਂ ਕਿ ਇਹਨਾਂ ਗੰਦਗੀ 'ਤੇ ਕਢਾਈ ਆ ਸਾਡੇ ਵਾਸਤੇ, ਇਹਨਾਂ ਮਹਾਂਮਾਰੀ ਦਾ ਕੰਮ ਰੱਖਿਆ ਇੱਥੇ। ਡਿਜੀਟਲ ਬਾਥਰੂਮ ਦੀ ਸਫਾਈ ਕੋਈ ਨਹੀਂ ਤਾਂ ਸਫਲ ਕਿੱਥੋਂ ਹੋਣਗੇ ਵੀਰ ਜੀ? ਜਦੋਂ ਆਪਾਂ ਸਫਾਈ ਨਹੀਂ ਇਹਨਾਂ ਦੀ ਕਰਨੀ, ਕੋਈ ਪ੍ਰਬੰਧ ਨਹੀਂ ਕਰਨਾ, ਕੋਈ ਫਰਨੈਲ ਦੀ ਗੋਲੀ ਨਹੀਂ, ਕੋਈ ਪਾਣੀ ਦਾ ਪ੍ਰਬੰਧ ਨਹੀਂ ਇੱਥੇ, ਇਹ ਸਫਲ ਕਾਹਦੇ ਵਾਸਤੇ? ਇਹ ਤਾਂ ਸਾਡੇ ਵਾਸਤੇ ਬਿਮਾਰੀ ਰੱਖੀ ਹੈ ਨਾ। ਜੋ ਕਿ ਕਮੇਟੀ ਵਾਲਿਆਂ ਨੂੰ ਕੱਲ੍ਹ ਸਾਡਾ ਹੋਇਆ, ਇੱਥੇ ਪਾਣੀ ਭਰਿਆ ਸੀ ਐਸ ਐਸ ਦੇ ਦਫ਼ਤਰ ਦੇ ਵਿੱਚ। ਇਹਨਾਂ ਨੂੰ ਕਿਹਾ, ਈਓ ਸਾਹਿਬ ਨੂੰ, GM ਸਾਹਿਬ ਨੇ ਫੋਨ ਕਰਨਾ ਕਿਹਾ ਵੀ ਕੋਈ ਨਹੀਂ ਸਾਫ਼ ਕਰਵਾ ਦਿੰਦੇ ਹਾਂ। 2 ਵਜੇ ਤੱਕ ਕੋਈ ਨਹੀਂ ਆਇਆ ਬੰਦਾ। ਬਾਅਦ ਦੇ ਵਿੱਚ ਅਸੀਂ ਇਹਨਾਂ ਦੇ ਜਿਹੜੇ ਵਰਕਰ ਸੀ ਉਹਨਾਂ ਨੂੰ ਕਿਹਾ ਵੀ ਆਪਾਂ ਯੂਨੀਅਨ ਵਾਲੇ ਆਏ ਨਾਲ ਪ੍ਰਾਈਵੇਟ ਓਪਰੇਟਰ, ਉਹਨਾਂ ਨੇ ਕਿਹਾ ਵੀ ਅਸੀਂ ਪਰਚੀਆਂ ਬੰਦ ਕਰ ਦੇਣੀਆਂ ਜਾਂ ਇੱਥੇ ਬੱਸ ਸਟੈਂਡ 'ਤੇ ਕੋਈ ਸੁਧਾਰ ਕਰੋ। ਈਓ ਸਾਹਿਬ ਕਹਿੰਦੇ ਪਰਚੀਆਂ ਬੰਦ ਕਰਨੀਆਂ ਕਰ ਦਿਓ। ਕੋਈ ਉਹਨਾਂ ਨੇ ਸੁਧਾਰ ਵਾਲੇ ਬੰਨੇ ਨਹੀਂ ਗਏ ਅਤੇ ਨਾ ਕੋਈ ਪਾਣੀ ਆ ਪੀਣ ਵਾਸਤੇ ਲੋਕਾਂ ਦੇ, ਸਾਫ਼ ਸੁਥਰਾ ਗੰਦੇ ਜਿਹੇ ਨਾਲੀ ਦੇ ਵਿੱਚ ਲੱਗੀ ਆ, ਟੁੱਟੀ ਲੱਗੀ ਆ। ਕੋਈ ਲੋਕਾਂ ਨੂੰ ਸਹੂਲਤ ਵਾਸਤੇ ਕੋਈ ਨਹੀਂ ਆ। 22,000 ਰੁਪਈਆ ਰੋਜ਼ ਦਾ ਇਕੱਠਾ ਹੋ ਰਿਹਾ ਅੱਡਾ ਫੀਸ, ਜਿਹੜਾ ਕਿ ਇਹਨਾਂ ਦਾ ਐਗਰੀਮੈਂਟ ਆ 50,000 ਮਹੀਨੇ ਦਾ ਇਹਨਾਂ ਲਾਉਣਾ ਵਾ ਬੱਸ ਸਟੈਂਡ 'ਤੇ, ਕੋਈ ਨਹੀਂ ਲਾ ਰਹੇ। ਮਸਲਾ ਉਹਦੇ ਵਿੱਚ ਇਹ ਸੀਗਾ ਜੀ, ਕੋਈ ਸੀਵਰੇਜ ਦੀ ਉੱਥੇ ਬਲੋਕੇਜ ਜਲੰਧਰ ਰੋਡ ਦੇ ਉੱਤੇ ਹੈਗੀ ਜੀ, ਠੀਕ ਹੈ ਜੀ। ਉਹਦੇ ਵਿੱਚ ਇਹ ਸੀਗਾ ਜੀ, ਉਹ ਬਲੋਕੇਜ ਦੇ ਕਰਕੇ ਹੀ ਜਿਹੜਾ ਐਸ ਐਸ ਆਪਣਾ ਕੀ ਨਾਂ ਸੀ ਉਹਨਾਂ ਰੋਡਵੇਜ਼ ਵਾਲੇ ਜਿਹੜੇ ਹੈਗੇ ਸੀ ਸੁਪਰਵਾਈਜ਼, ਸਟੇਸ਼ਨ ਸੁਪਰਵਾਈਜ਼ਰ ਵੱਲ, ਉਹਨਾਂ ਵੱਲੋਂ ਇਹ ਕਿਹਾ ਗਿਆ ਵੀ ਪਰਚੀਆਂ ਜਿਹੜੀਆਂ ਉਹ ਨਹੀਂ ਕਟਾਈਆਂ ਜਾਂਦੀਆਂ। ਅਤੇ ਇਸ ਕਰਕੇ ਮਤਲਬ ਵੀ ਇਹ ਆ ਵੀ ਸਾਡੇ ਵੱਲੋਂ ਵੀ ਮਤਲਬ ਅਸੀਂ ਇਹ ਆਖਿਆ ਵੀ ਜੇ ਤੁਸੀਂ ਪਰਚੀਆਂ ਦਾ ਸਾਡਾ ਫਾਈਨੈਂਸ਼ੀਅਲ ਲੋਸ ਮਤਲਬ ਇਸ ਤਰ੍ਹਾਂ ਕਰਨ ਡੇ, ਤਾਂ ਅਸੀਂ ਵੀ ਆਪਣੇ ਹਿਸਾਬ ਨਾਲ, ਚਲੋ ਤੁਸੀਂ ਬੱਸਾਂ ਬਾਹਰ ਕੱਢੋ ਅਤੇ ਆਪਣੇ ਹਿਸਾਬ ਨਾਲ ਜਿੱਥੇ ਪਾਰਕ ਕਰਨਾ ਚਾਹੁੰਦੇ ਕਰ ਲਓ। ਜਦਕਿ ਇਹਦੇ ਵਿੱਚ ਇਹ ਆ, ਇਹ ਕੋਈ ਮਸਲਾ ਨਹੀਂ ਹੈਗਾ। ਉਹਦੇ ਵਿੱਚ ਇਹ ਆ, ਟਾਈਮ ਟੂ ਟਾਈਮ ਜਿਹਦੇ ਵੀ ਕੋਈ ਸਮੱਸਿਆ ਹੁੰਦੀ ਹੈ, ਅਸੀਂ ਉਹਨੂੰ ਪਹਿਲ ਦੇ ਆਧਾਰ 'ਤੇ ਉਹਦਾ ਉਹਨੂੰ ਸੋਲਵ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਨਹੀਂ, ਉਹਦੇ ਵਿੱਚ ਇਸ ਤਰ੍ਹਾਂ ਹੈਗਾ ਜੀ, ਦੇਖੋ ਜਿਹੜੀ ਪਾਣੀ ਦੀ ਆ, ਪਾਣੀ ਦੇ ਜਿਹੜੇ ਆ ਤਿੰਨ ਚਾਰ ਟੈਪ ਜਿਹੜੇ ਆ ਉਹ ਬੱਸ ਸਟੈਂਡ ਦੇ ਵਿੱਚ ਹੈਗੇ। ਜਿਹੜੀ ਟੋਇਲਟ ਦੀ ਗੱਲ ਆ, ਉਹ ਵੀ CTPT ਦੇ ਤਹਿਤ ਜਿਹੜੇ ਟੋਇਲਟ ਆ ਜਿਹੜੇ ਰੈਡੀਮੇਡ ਹੈਗੇ ਨੇ ਉਹ ਉੱਥੇ ਲਿਆਂਦੇ ਗਏ ਨੇ, ਜਿਹੜੇ ਤੁਸੀਂ ਵੇਖੇ ਵੀ ਹੋਣਗੇ। ਉਹਦੇ ਵਿੱਚ ਇਹ ਆ, ਉਹਦੇ ਉਹਨੂੰ ਕਨੈਕਟ ਕਰਕੇ ਸੀਵਰੇਜ ਦੇ ਨਾਲ ਜਾਂ ਉਹਦੀ ਫਾਊਂਡੇਸ਼ਨ ਵਗੈਰਾ ਸਾਰੀ ਬਣਾ ਕੇ ਅਤੇ ਫਿਰ ਹੀ ਉਹ ਚਾਲੂ ਕੀਤੇ ਜਾਣੇ, ਉਹ ਪਬਲਿਕ ਦੇ ਯੂਜ਼ ਵਾਸਤੇ ਹੀ ਆ। ਰਹੀ ਗੱਲ ਬਹਿਣ ਵਾਸਤੇ, ਉੱਥੇ ਟੇਬਲ ਵਗੈਰਾ ਜਾਂ ਹੋਰ ਜਿਹੜੇ ਆ ਉਹ ਲਾਏ ਗਏ ਇਧਰਲੇ ਪਾਸੇ ਧਿਆਨਪੁਰ ਨੂੰ ਜਾਣ ਵਾਲੇ ਵਾਸਤੇ। ਜਾਗਰਤੀ ਲਹਿਰ ਕੇ ਲਈ ਬਟਾਲਾ ਸੇ ਵਿੱਕੀ ਮਲਿਕ ਕੀ ਰਿਪੋਰਟ।